ਬੋਲੂ ਜਿੰਨੀਆਂ ਦੱਸੇ ਤੇ ਬਾਲਾ ਲਾ ਦੂਗਾ 1900 ਦੇ ਦਾਂਗਾ। ਖਰਵਾਲੀ ਵਾਲਾ ਵੀਰ ਸਾਡਾ ਕਹਿੰਦਾ ਵੀ ਜੁਨੀਆਂ ਵਾਲਾ ਭਹੂ ਰੈਸਲ ਜੱਸੇ ਤੇ ਲਾਉਂਦਾ ਤੇ ਆਪਾਂ ਉਹਨੇ 11 ਜਣ ਇੱਕ ਇੱਕ ਸੋਨੇ ਵੱਡੇ ਜਿਹੜੇ ਮਾਰ ਕਰ ਦਾਂਗੇ ਪਰ ਭੋਲੂ ਦੇ ਪਹਿਲੀ ਮਾਲ ਲੱਗੀ ਆ ਖੇਡ ਦੇ ਮੈਦਾਨ ਦੇ ਵਿੱਚ ਸ਼ਰਮਾਤਾ ਕਹਿੰਦੇ ਹੋ ਗਿਆ ਮੇਰੇ ਮਿੱਤਰੋ ਆਓ ਮੇਰੇ ਮਿੱਤਰੋ ਗੱਲ ਲੱਗੂਗੀ ਟਿਕਾਣੇ ਵੀ ਮੁੱਲ ਪੈਰ ਸ਼ਰੀਰਾਂ ਨੇ ਜਿਹੜੇ ਲਾਉਂਦੇ ਮਿਹਰ ਤਾਂ ਹੱਥ ਕੇ ਪੜ ਕੇ ਧਨ ਜੋਰ ਜਵਾਨਾਂ ਦਾ ਵੀ ਲੈਜਣ ਭਰਿਆ ਮੇਲਾ ਲੁੱਟ ਗਏ ਆ ਇਹ ਅੜੀਲ ਘੋੜੇ ਨੇ ਸ਼ੇਅਰ ਕਰ ਲੋ ਸਾਡੇ ਦੇ ਮਨ ਮਾਨੀ ਤੇ ਰਾਜੇ ਖੇਲੇ ਹੱਥ ਪਾਸੇ ਰਾਮਾ ਮੈਚ ਤੋਂ ਬਾਅਦ ਜਵਾਨੀ ਰਾਜੇ ਖੇਲੇ ਹੱਥ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਲਓ ਪਹਿਲਾ ਨੰਬਰ ਕਹਿੰਦੇ ਰਾਏਸਰ ਦੀ ਟੀਮ ਦੇ ਖਾਤੇ 'ਚ ਜੁੜ ਗਿਆ ਰਾਏਸਰ ਵਾਲੇ ਨੂੰ ਦੁਨੀਆ ਆ ਤੇ ਸੱਜੇ ਪਿਆ ਮੇਰੇ ਮਿੱਤਰੋ ਨੰਬਰ ਦੂਜਾ ਜੁੜ ਗਿਆ ਨਾਲ ਕਹਿੰਦੇ ਬਹਾਦਰਗੜ ਦਾ ਰਵੀ ਆ ਸੱਜੇ ਪਾਸੇ ਕਹਿੰਦੇ ਜੱਸੀਆ ਮੁੰਡਾ ਗਰੇਵਾਲ ਪਰਿਵਾਰ ਦਾ ਔਰ ਅੱਜ ਕਹਿੰਦੇ ਜੱਸੇ ਦੇ ਪਿੱਛੇ ਵੀ ਜੱਸੇ ਹੀ ਖੇਡਦਾ ਅੱਜ ਕਹਿੰਦੇ ਜੱਸੇ ਦੇ ਪਿੱਛੇ ਵੀ ਜੱਸੇ ਨਾਲ ਰਵੀ ਤੇ ਜੱਸਾ ਨੰਦਗੜਾ ਨਾਲ ਵੱਡੀਆਂ ਵੱਡੀਆਂ ਟੀਮਾਂ ਵੀ ਕਹਿੰਦੇ ਵੱਡੀ ਟੱਕਰ ਆ ਮੇਰੇ ਮਿੱਤਰੋ ਮੁਕਾਬਲਾ ਚੋਟੀ ਦਾ ਵੀ ਭਾਵੇਂ ਲੀਕਾ ਖਿੱਚਦੀਆਂ ਸਿਕੰਦਰ ਨੇ ਤੇ ਅੱਤ ਕਰਾ ਗਿਆ ਪੋਰਸ ਰਾਜ ਹੋਇਆ ਨਹੀਂ ਕਿਸੇ ਤੋਂ ਮਹਾਰਾਜੇ ਰਣਜੀਤ ਵਰਗਾ ਤੇ ਕੱਪੜੇ ਲਾਂਗੇ ਪੱਟਾ ਦੇ ਨੰਦਗੜਾ ਜੀ ਪਰਿਆਂ ਨੇ ਮਾਰੀਆਂ ਰੇਡ ਰੁੱਠਿਆ ਨਹੀਂ ਗਈ ਪਾਚੇ ਦੇ ਹਰਜੀਤ ਵਰਗਾ ਰੈੱਡ ਬੋਲ ਦਾ ਤਾਂ ਕਹਿੰਦੇ ਨੇ ਨਾਮ ਹੀ ਆ ਹਜ਼ਾਰ ਮੀਲ ਤੇ ਬੰਦਾ ਸਟਾਰ ਵਕ ਪੀ ਕੇ ਪਾਰਦਾ ਤੇ ਗ੍ਰੇਟ ਟੀਮ ਦੀ ਕਿੱਥੋਂ ਰੀਸ ਕਰ ਲੂ ਕਈ ਟਰਾਲਾ ਬੈਨ ਗਾਰਦਾ ਅਫਗਾਨੀ ਅੱਜ ਵੀ ਥਰ ਥਰ ਕੰਬਦੇ ਆ ਨਾਮ ਸੁਣ ਕੇ ਹਰੀ ਸਿੰਘ ਨਲੂਏ ਸਰਦਾਰ ਦਾ ਤੇ ਉਦੋਂ 53 ਫੁੱਟ ਦਾ ਕੀ ਬੈਕ ਲੱਗਣਾ ਬਈ ਜਿਹਨੇ ਹਾਲੇ ਤੱਕ ਲਾਇਸੈਂਸ ਨਹੀਂ ਲਿਆ ਕਾਰ ਦਾ ਤੇ ਕੁਰਤਾ ਪਜਾਮਾ ਜੇ ਰੂਹ ਨਾ ਸਵਾਇਆ ਹੋਵੇ ਨਾ ਤੇ ਕਹਿੰਦੇ ਧੂਈ ਭੰਨ ਦਿੰਦਾ ਜੀਮ ਦੀ ਤੇ ਇੰਡੀਆ 'ਚ ਟਰੈਕਟਰ ਤਾਂ ਬਾਹਰੋਂ ਬੜੇ ਆ ਗਏ ਪਰ 855 ਨੇ ਕਰ ਦੋ ਸ਼ੇਅਰ ਵੀਰੇ ਟੀਮ ਕਢਾਈ ਤਾਂ ਹੱਕ ਆ ਯਾਰ ਬਣ ਕੇ ਇਹਦਾ ਤਗੜਾ ਮੈਚ ਆ ਸਪੀਡ ਫਾਈਟਿੰਗ ਸਪੀਡ ਤੇ ਆਟੋ ਜੇ ਬੜੇ ਚਲਾ ਕੇ ਦੇਖ ਲਿਓ ਨਜ਼ਾਰਾ ਦਿੱਤਾ ਨਹੀਂ ਕਿਸੇ ਨੇ 18 ਦੇ ਖੇਡ ਵਰਗਾ ਤੇ ਰਫਲਾਂ ਦੇ ਬੜਿਆਂ ਬਾਪਿਆਂ ਕੋਲੇ ਆ ਰਹੇ ਨਜ਼ਾਰੇ ਵਾਲਿਆ ਪਰ ਦਬਕਾ ਹੈ ਨਹੀਂ ਕਿਸੇ ਦਾ ਉਹ ਭਿੰਡਰਾ ਦੇ ਸ਼ੇਰ ਵਾਲੇ ਨਹੀਂ ਆਇਆ ਸੋਖੀ ਦੇ ਦਬਕਾ ਹੈ ਨਹੀਂ ਕਿਸੇ ਦਾ ਭਿੰਡਰਾ ਦੇ ਸ਼ੇਰ ਵਰਗਾ ਤੇ ਜਿਹੜੇ ਜਿਹੜੇ ਜਾਣਦੇ ਸਿੱਖੀ ਦੇ ਮਹਾਨ ਜਰਨੈਲ ਵਾਲੇ ਤੇ ਤਾੜੀ ਵਾਲੇ ਕੀ ਖਿਆਲ ਆ ਲੋਕੋ ਉਹ ਮੈਚ ਦੀ ਚੋਟੀ ਦਾ ਮੇਰੇ ਮਿੱਤਰੋ ਖੇਡ ਦੇ ਮੈਦਾਨ 'ਚ ਖੇਡਿਆ ਜਾ ਰਿਹਾ ਪਹਿਲੇ 3 ਜੁੜ ਗਏ ਜਗਜੀਤ ਸਿੰਘ ਪੰਨੂ ਜੀ ਉਹ ਕਹਿੰਦੇ ਵੱਡੇ ਮਾਣ ਕਰ ਦਾਂਗੇ ਵਾਹ ਬਈ ਵਾਹ ਜਗਜੀਤ ਦਾ ਪੰਨੂ ਭਰਾ ਸਾਡਾ ਜਾ ਦੱਸਿਆ ਕੈਨੇਡਾ 'ਚ ਕਿੱਡਾ ਵੀ ਜਾਣਾ ਉਹ ਕਹਿੰਦਾ ਅੰਡਰ ਆਰਮਰ ਦੇ ਸ਼ੂਟ ਹੋਵਾਂਗੇ ਆਪਾਂ ਮੁੰਡੇ ਨੂੰ ਰਵੀ ਦੇ ਨਾ ਜੇ ਰਵੀ ਅੱਜ ਬੈਸਟ ਬਣਦਾ ਵੱਡੇ ਮਾਰ ਪਿਆਰ ਜਿਹੜੇ ਹੋਣਗੇ ਸੈਂਟਰ ਦੇ ਵਿੱਚ ਉਹ ਤੂਫਾਨ ਖੜਾ ਲੋਕੋ ਗੱਲਬਾਤ ਵੱਡੀ ਆ ਸਵਾਰ ਪਰੇ ਵਾਲੇ ਸੱਤੇ ਦੀ ਕਦੇ ਪੁੱਟ ਜਿੱਤਣਾ ਉਹ ਕਦੇ ਘਰੌਰ ਵਾਲਿਆਂ ਨੇ ਪਲੇਅਰ ਆਫ ਦਾ ਟੂਰਨਾਮੈਂਟ ਦਿੱਤਾ ਕਹਿੰਦੇ ਉਹ ਮੇਰੇ ਮਿੱਤਰੋ ਨੁਕਰਾ ਘੋੜਾ ਤੇ ਪਿੰਡ ਨੇ ਸਾਰੇ ਨੇ ਮਾਣ ਕੀਤੇ ਸੱਤੇ ਦੇ ਤੇ ਕਦੇ ਮੈਂਡੀ ਸ਼ਰਮਾ ਨੇ ਕੱਟੀ ਨਾਲ ਤੇ ਕੱਟੀ ਦੇ ਕੈਸ਼ ਨੇ ਵੱਡਾ ਮਾਣ ਕੀਤਾ ਉਹ ਤੂਫਾਨ ਸੱਤਾ ਸਵਾਰ ਪਰੇ ਵਾਲਾ ਨਾਲ ਰਾਏਕੋਟ ਵਾਲਾ ਗੋਪੀ ਹੈ ਜਿਹੜਾ ਮੁੰਡਾ ਪਤਲੇ ਜਿਹੇ ਸਰੀਰ ਦਾ ਖੜਾ ਹੈ ਤੇ ਦੂਜੀ ਸਾਈਡ ਤੇ ਚੰਦਰ ਹੈ ਮੁੰਡਾ ਤੇ ਚੰਦਰ ਦੇ ਮਗੇ ਕਹਿੰਦੇ ਚਰਨ ਖੇਡਦਾ ਹੈ ਤੇ ਆਹ ਮੁੰਡਾ ਧੋਨੂ ਹੈ ਇਹ ਮੁੰਡਾ ਰੋਟਕ ਦੇ ਇਲਾਕੇ ਤੋਂ ਚੱਲ ਕੇ ਆਇਆ ਅੱਜ ਕਹਿੰਦੇ ਵੱਡਾ ਹਿੱਸਾ ਬਣਿਆ ਰਾਏਕੋਟ ਦੀ ਟੀਮ ਦਾ ਤੇ ਨਰਤੇ ਕਹਿੰਦੇ ਮੋਟਾ ਖੇਡਦਾ ਹੈ ਉਹ ਇੱਧਰ ਜੱਸੀ ਹੈ ਜੱਸਾ ਸੈਂਟਰ ਤੇ ਰਹੀ ਹੈ ਨਾਲ ਪੰਟੀ ਨਾਲ ਨੰਦਗੜੀ ਹੈ ਜੱਸਾ ਨਰਤੇ ਗਗਨ ਗੱਲਬਾਤ ਕਹਿੰਦੇ ਵੱਡੀ ਬਣੀ ਹੋਈ ਆ ਰਿਕਾਰਡ ਅੱਜ ਟੁੱਟਣਗੇ ਵੀ ਤੇ ਰਿਕਾਰਡ ਬਣਨੇ ਵੀ ਆ ਤਿੰਨ ਤੇ ਜੀਰੋ ਦਾ ਮੁਕਾਬਲਾ ਆਸੇ ਪਾਸੇ ਕਹਿੰਦੇ ਵੱਡੀ ਗਿਣਤੀ ਚ ਸੰਗਤ ਜੁੜ ਬੈਠੀ ਹੈ ਲੈ ਵੀ ਬਿੰਦਰੀ ਇੱਧਰ ਦੇ ਵੀ ਪੁਆਇੰਟ ਦੱਸਦੀ ਮੇਰਾ ਵੀਰ ਬਣ ਕੇ ਕਿੰਨੇ ਕਿੰਨੇ ਨੇ 5 ਅੱਛਾ ਜੀ ਇੱਧਰ 3 ਠੀਕ ਹੈ ਜੀ ਲੈ ਵੀ 7 ਦੇ 3 ਨੰਬਰ ਹੈ 7 ਨੰਬਰ ਹਰਵਾਜਪੁਰ ਦੇ ਔਰ 3 ਨੰਬਰ ਜਿਹੜੇ ਚਾਂਗਲੀ ਦੀ ਟੀਮ ਦੇ ਹੈ ਇੱਧਰ ਪਹਿਲੇ 4 ਜੁੜ ਗਏ 5ਵਾਂ ਕੌਣ ਜੋੜੂ ਰਵੀ ਔਰ ਰਵੀ ਕਹਿੰਦੇ ਬਹਾਦਰ ਗੜੀਆ ਕਹਿੰਦੇ ਵੀ ਤਿੱਖੇ ਤਿੱਖੇ ਜਾਣਾ ਵਾ
ਤਗੜਾ ਖੇਡੀ ਜਾਂਦਾ ਰਵੀ ਬਹਾਦਰ ਵਧੀਆ ਪਿੰਡਾਸੇ ਵਾਂਗੂ ਵਾਰਦੀ ਹੈ ਇੱਕ ਹੋਰ ਪੁਆਇੰਟ ਦਾ ਵਾਧਾ ਜਿਹੜਾ ਰਾਏਸਰ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਮੇਰੇ ਮਿੱਤਰੋ ਉਹ ਕਹਿੰਦੇ ਸਾਹਿਬ ਦੀ ਦੁਨੀਆ ਦਾ ਵੱਡਾ ਪਿੰਡ ਹੈ ਸੰਤ ਰਾਮ ਉਦਾਸੀ ਜੀ ਹੋਣਾ ਦਾ ਉਹ ਕਹਿੰਦੇ ਵੱਡਾ ਨਾਮ ਮੇਰੇ ਮਿੱਤਰੋ ਵੀ ਮੱਘ ਦਾ ਰਹੀਵੇ ਸੂਰਜਾਂ ਕੰਬੀਆਂ ਦੇ ਵਿਹੜੇ ਤੇ ਧਰਤੀ ਮਾਂ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਉਹ ਧਰਤੀ ਮਾਂ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮੈਚ ਕਹਿੰਦੇ ਟਿਕਾਣੇ ਦਾ ਗਰਾਊਂਡ ਨੰਬਰ ਦੋ ਚ ਵੀ ਖੇਡਿਆ ਜਾ ਰਿਹਾ ਪਰ ਸਾਈਡਾਂ ਜਿਹੜੀਆਂ ਫੇਂਦਿਆਂ ਫੇਂਦਿਆਂ ਉਹ ਚੇਂਜ ਕਰਤੀਆਂ ਬੰਦੇ ਵੀਰੇ ਦੁਬਾਰੇ ਕਈ ਕਮੈਂਟ ਆਉਂਦੇ ਨੀ ਹੈਗੇ ਵੀਰੇ ਨੈਟਵਰਕ ਕਰਕੇ ਦੁਬਾਰੇ ਕਰਦੇ ਉਹ ਗੱਲਬਾਤ ਕਹਿੰਦੇ ਵੱਡੀ ਖੇਡ ਦੇ ਮੈਦਾਨ ਵਿੱਚ ਜੁੜੀ ਹੋਈ ਆ ਦੁਬਾਰੇ ਕਰਿਓ ਕਮੈਂਟ ਵੀਰੇ ਪਤਾ ਲੋਕਾਂ ਨੂੰ ਵੀ ਆ ਵੀ ਜੇ ਤੂਫਾਨ ਹੱਲ ਗਿਆ ਨਾ ਆ ਪੰਜਾਂ ਦੀ ਲੀਡ ਗੱਲਾਂ ਪਰ ਹੋਰ ਹੋਣ ਗਈ ਆ ਆਓ ਸਾਹਮਣੇ ਪੰਜ ਨੰਬਰਾਂ ਦੀ ਲੀਡ ਬਣਾਈ ਫਿਰਦੇ ਆ ਸਵਾਲ ਲੀਡ ਕਹਿੰਦੇ ਵੱਡੀ ਬਣਾ ਲਈ ਆ ਮੁੰਡਿਆਂ ਨੇ ਉਧਰ ਜਗਪਾਲ ਖੰਗੂੜਾ ਯੂਐਸਏ ਤੋਂ ਜੁੜਿਆ ਹੋਇਆ ਹੈ ਵੱਡੇ ਮਾਰ ਕਹਿੰਦੇ ਸੱਤੇ ਦੇ ਕਹਿੰਦੇ ਮੋਟਰਸਾਈਕਲ ਦੇ ਨਾਲ ਕੀਤੀ ਹੈ ਕਿਤੇ ਰੋਡਾਂ ਦੇ ਮੱਖਣ ਨੂੰ ਮੋਟਰਸਾਈਕਲ ਦਿੱਤਾ ਹੈ ਕਦੇ ਨੱਥੂ ਵਾਲਾ ਕਰਬੀ ਦੇ ਜੱਸੂ ਦਾ ਮਾਰ ਕੀਤਾ ਹੈ ਕਦੇ ਭੰਡਿਆਰੀ ਵਾਲੇ ਰਾਮੇ ਸਰਪੰਚ ਦੇ ਪੁੱਤਰ ਨੂੰ ਮੋਟਰਸਾਈਕਲ ਦਿੱਤਾ ਹੈ ਐਨ ਕਹਿੰਦੇ ਗੌਂਦਾਰੀਆਂ ਨੇ ਵੀ ਜਾਪਸੀ ਲਾਤੀ ਮੋਟਰਸਾਈਕਲਾਂ ਦੀ ਪਰ ਆਹ ਰਹਿ ਸਰੀਆ ਜੱਸਾ ਫਰਕ ਬਹੁਤ ਵੱਡਾ ਪੈ ਗਿਆ ਹੈ ਫਰਕ ਬੜੇ ਆ ਜਿੰਕ ਨੇ ਨੀ ਤੇਰੇ ਮੇਰੇ ਹਾਲਾਤਾਂ ਦੇ ਦੁਨੀਆ ਫੈਨ ਹੈ ਯਾਰਾਂ ਦੀ ਯਾਰ ਨੇ ਫੈਨ ਉਹਦੀਆਂ ਬਾਤਾਂ ਦੇ ਫਰਕ ਬੜੇ ਆ ਜਿੰਕ ਨੇ ਨੀ ਤੇਰੇ ਮੇਰੇ ਹਾਲਾਤਾਂ ਦੇ ਮੈਚ ਦੇ ਹਾਲਾਤਾਂ ਦੇ ਕਹਿੰਦੇ ਫਰਕ ਪੈ ਗਿਆ ਉਹ ਦੋ ਜੱਸੇ ਕਹਿੰਦੇ ਖੇਡ ਰਹੇ ਹੈ ਸੱਤੇ ਨੂੰ ਦੁਨੀਆ ਤੂਫਾਨ ਕਹਿੰਦੀ ਹੈ ਪਰ ਬਹਾਦਰ ਗਰੀਆ ਕਹਿੰਦਾ ਵੀ ਤੂਫਾਨ ਰੋਕਣੇ ਆਉਂਦੇ ਹੈ ਖੜ ਖੜ ਬਹਿੰਦੇ ਲੋਕੀ ਸਾਨ ਜੱਟ ਨੂੰ ਆਉਂਦੇ ਯਾਰੇ ਰੋਕਣੇ ਹਨੇਰੀਆ ਤੂਫਾਨ ਜੱਟ ਨੂੰ ਆਉਂਦੇ ਯਾਰੇ ਰੋਕਣੇ ਤੂਫਾਨ ਜੱਟ ਨੂੰ ਅੱਜ ਦੇ ਕਹਿੰਦੇ ਮੇਰੇ ਮਿੱਤਰੋ ਤੂਫਾਨ ਵੀ ਆਇਆ ਹੋਇਆ ਖੇਤਾਂ ਮੇਰੇ ਮਿੱਤਰੋ ਇੱਧਰ ਦੇ ਪਾਸੇ ਮੁੰਡਾ ਕਹਿੰਦੇ ਆਨੰਦਗੜ੍ਹ ਦਾ ਜੱਸਾ ਪਿਛਲੇ ਕਈ ਮੇਲੇ ਖੇਡਾ ਰਾਏਕੋਟ ਦੀ ਟੀਮ ਦੇ ਲਈ ਤੇ ਅੱਜ ਕਹਿੰਦੇ ਚੇਬਰ ਸੱਜਣਾ ਸ਼ਰੀਕ ਬਣਿਆ ਫਿਰਦਾ ਮੇਰੇ ਮਿੱਤਰੋ ਦੌੜਾਂ ਦੀਆਂ ਮਹਿਫਲਾਂ ਸਜਾਵੇ ਤੇਰੇ ਲਈ ਉਹ ਖਾਸ ਬਣ ਗਏ ਅਸੀਂ ਖੇਡ ਹੋ ਗਏ ਮਨ ਪਰਚਾਵੇ ਦੀ ਤੇਰੇ ਲਈ ਟਾਈਮ ਪਾਸ ਬਣ ਗਏ ਤੇ ਏਦਾਂ ਗੈਰਾਂ ਦੇ ਹੱਥਾਂ ਵਿੱਚ ਖੇਡਣ ਦਾ ਸਾਡੇ ਨੀ ਰਿਵਾਜ ਮੁੰਡਿਆ ਉਹ ਤੂੰ ਨੀ ਸਾਡਾ ਤੇ ਅਸੀਂ ਨੀ ਹੋਰ ਤੇਰੇ ਜਾ ਟੁੱਟ ਗਈ ਲਿਹਾਜ਼ਾਂ ਟੁੱਟਣਗੀਆਂ ਲਿਹਾਜ਼ਾਂ ਪੈਣਗੀਆਂ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ ਟੱਕਰ ਕਹਿੰਦੇ ਬੜੀ ਜਾਨਦਾਰ ਖੇਡੀ ਜਾ ਰਹੀ ਹੈ ਆਓ ਸੁਣਿਆ ਅਰਸ਼ ਘਨੌਲਾ ਸਾਡਾ ਵੀਰ ਨਾਲ ਨਿੰਮੇ ਵਰਗੇ ਆਏ ਹੋਇਆ ਤੇ ਟੋਲੇ ਵਾਲਾ ਪੁਲਸੀ ਆਇਆ ਹੋਇਆ ਵੀਰ ਸਾਡਾ ਅਰਸ਼ ਕਹਿਣਾ ਤੇਰਾ ਦੋਵੇਂ ਟੀਮਾਂ ਦੇ ਭਾਵੇਂ ਸੱਤਾ ਤੇ ਭਾਵੇਂ ਜੱਸਾ ਜਿਹੜਾ ਮਰਜ਼ੀ ਦਸਾਂ ਤੋਂ ਥੱਲੇ ਥੱਲੇ ਰੱਖ ਲੈ ਤੇ 21,000 ਦੇ ਦਿਆਂਗੇ ਵੀਰ ਸਾਡਾ ਅਰਸ਼ ਕਹਿੰਦਾ ਵੀਰ ਪਾਲਾ ਜੀ ਕੀ ਡੱਕਰ ਆ ਰਹੀ ਹੈ ਦੇ ਦਿਆਂਗੇ ਗੱਲ ਮਰ ਕਹਿੰਦੇ ਉੱਡੀਆਂ ਸਾਡੇ ਪਿੰਡ ਦਾ ਪ੍ਰਾਹੁਣਾ ਚਾਂਗਲੇ ਵਾਲਾ ਸੁੱਖਾ ਵੀ ਜੇ ਰੁੱਸ ਗਿਆ ਪ੍ਰਾਹੁਣਾ ਸਾਰੇ ਪਿੰਡ ਤੋਂ ਲੋਕ ਨਹੀਂ ਆਉਣਾ ਇਹਨੇ ਕੱਪੇ ਪਾਉਣਾ ਚਾਂਗਲੇ ਵਾਲਾ ਸੁੱਖਾ ਉੱਧਰ ਦੋ ਨੰਬਰ ਗਰਾਊਂਡ 'ਚ ਵੀਰ ਕਹਿੰਦੇ 1,000 ਨਾ ਵੱਡੇ ਮਾਨ ਕਰਦੇ ਅਗਲੇ ਵੀ ਜੋਧੇ ਆ ਨਿਗਾਹ ਰੱਖੀ ਜਿੰਨੇ ਕੱਪੇ ਪਰ ਕੱਪੇ ਦਾ ਪਤਾ ਲੱਗੇ ਉਹ ਵੀਰ ਆ ਫਿਰ ਘਨੌਰ ਵਾਲੇ ਰਾਤੀ ਗੱਲ ਟਿਕਾਣੇ ਬਾਲਕਾਂ ਦੀ ਲੱਗੀ ਲੋਕਾਂ ਨੇ ਉਹ ਚੀਕਾਂ ਰੋਲੀ ਪਾਈ ਆ ਤੇ ਗੱਲ ਪੰਡਿਤ ਨੇ ਕਹਿੰਦੇ ਚੌਦਾਂ ਦੇ ਦਿਨ ਚੱਲਦੇ ਹੈ ਬਾਹਮਣ ਦੇ ਪੱਤੋਂ ਨਾ ਸੇੜੀਏ ਜਦੋਂ ਉੱਤਰੇ ਹੋਣ ਸਰਾਧ ਗੱਲਾਂ ਕਹਿੰਦੇ ਕੁਲਦੀਪ ਮਾਨਕ ਨੇ ਕੀਤੀਆਂ ਮੁੰਡਾ ਪੰਡਿਤਾਂ ਦਾ ਰੈਫਰੀ ਕਰ ਰਿਹਾ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਤਕੜਾ ਮੈਚ 8 ਨੰਬਰ ਹੋ ਗਏ ਉਧਰ ਖਾਤਾ ਨੂੰ ਖੰਡਿਆ ਸਾਰੇ ਭਰਾ ਵੀਰੇ ਮਾਨ ਸਨਮਾਨ ਰਿਕਾਰਡ ਵੱਡੇ ਹੈ ਪਰ ਰੈਸਰੀਆਂ ਨੇ ਤੇ ਖਾਤਾ ਹੀ ਨਹੀਂ ਖੋਲਣ ਦਿੱਤਾ ਆਓ ਬੱਲੇ ਬੱਲੇ ਹੋ ਗਈ ਆ ਨੰਬਰ ਮੁੰਡਿਆਂ ਦੇ ਆਓ 9 ਕਰਤੇ 8 ਰੈਸਰ ਦੇ ਆ ਰੈਸਰ ਦੇ ਵੀਰੇ ਸੈਡਾ ਚੇਂਜ ਹੋ ਗਈ ਹੈ ਵਾਹ ਬਾਈ ਵਾਹ ਆਓ ਕਹਿੰਦੇ ਰਾਏਸਰ ਵਾਲੇ ਮੁੰਡੇ ਫੇਟਾ ਮੁੰਡੇ ਕਹਿੰਦੇ ਜ਼ਿਲ੍ਹੇ ਬਰਨਾਲੇ ਵਾਲੇ ਪੁਆਇੰਟ ਪਹਿਲੇ 9 ਕਰ ਗਏ ਹੈ ਜਿਹੜੀ ਵੀਰੇ ਇਹ ਚੋਂ ਜਿੱਤ ਗਈ ਉਹਨਾਂ ਦਾ ਮੋਲੀ ਨਾਲ ਚੀਤੇ
ਬੰਦੇ ਦੇ ਨਾਲ ਮੈਂ ਹੋਣਾ ਜੀ ਅਤੇ ਉੱਧਰ ਜਿਹੜੀ ਚਾਂਗ ਵਾਲੀ ਅਤੇ ਰਾਏਪੁਰ ਜਿੱਤਦੀ ਉਹਦਾ ਹੋਣਾ ਜੀ ਸ਼ੇਰੂ ਦੇ ਨਾਲ ਮੈਚ ਸੈਮੀ ਸੈਮੀ 'ਚ ਹੈ ਜੀ ਸ਼ੇਰੂ जगतार ते बाई चैना आए हुए बरनाले वाले वह कहते भी जे जसा मैच जित गया तो आप कत्ती हजार देवे मान सन्मान कहते बड़े कर दिते जाएंगे वीर के बलियो और भरासर ने कहते मूसे वाले सिद्धू का कट्टर फैना है वड्डिया कहते गल्लां ने मेरे मित्र इधरले पासे कहते गलती मुंडा कर गया है और कहते गल लगती टिकाणी है वड्डे रिकॉर्ड बोलते हैं जिवें शहबाजपुर वाले वालीबाल दे विच ते म्यूजिक की दुनिया के कहते मूसे वाले भी मेरे मित्र और कहते गल्लां टिकाणे ला छड्डियां ने है भी दुनिया तो वक्री सी कलम तेरी है और गाने कंधे ने तू नारा पे ते मोरां दे खड़के वेंदे सी लोक तेनू भी जदों जांदा सी ना ते 11 पे आई फोन नाल बणदियां सी वीडियो तेरियां भई जदों तुरदा सी मूहरे होके कट जो ते फोटो खिचाउण वाला भी मैं नहीं सी तुरदी भई जदों उतरदा सी 0008 जो पहले ट्यूट सौंग तो लैके लास्ट राइड तक तू कंधां दे कुत्तियां चाड़दियां रेंज रोवरा जी वैगना ते लैंड क्रूजर तू लैके टिब्बिया च खिलारदियां भई तूड़ियां तू खिंड गईयां तूड़ियां तू जेड़ी मोस्टेव तो कंधिया ते हरदीप बराड़ दी थापी तो बाहर झुटिया और तेरी थापी मन लगी है सारे कंधे तेरे गीतों का रिकॉर्ड अज तक किसी ने तोड़िया नहीं है ते सैकल ते भी आया भावें कोई क्राउन फोटो तू ओ भी पार क्यों मोड़िया नहीं है और बिना 50 तो बढ़ता सी है पग हर वेले ते तेरा कुर्ता गोड्या ना खेंदा सी है सच्चे पातशाह वाहिगुरु भली करूगा ये गल्लां तो आम ही कहता सी है ते पिड़के का ट्राला बाला फरदा जेड़ा खिची फिरदा सी तू पा के और मगर प्रीत दे नाट 11 और न्यू हॉलैंड ते 855 तेनू खड़े बरांडे दे विच डीक दे डाउन टू अर्थ पर्सनैलिटी सी तू ना भोला दिसदी तेरे विच आकर सी धाहा मारदा 11-0 ने वीरे 113 और जिहदे मूहरे लिखाया तू धाकर सी गोरिया कालिया च खड़कदे सी गाने चटदे इतों पता लगता भी कहना की सूची नाम आया झूठे नंबर पे है तू पाक नू सुनदा सी तू ते ट्रेक भी करदा फॉलो पंजाबी इंडस्ट्री दे किंग नू लखां रुपया ला के लोकी कनेडा वालू जांदे है ते तू कनेडा तो ही चढ़िया आया पिंड नू भावे दुनिया के नक्शे से फिरदा सी पर पैर सी तेरे जमीन ते है और न्यूयॉर्क च तेनू दित्ती है श्रद्धांजलि है टाइम सिक्योरिटी स्क्रीन ते है ते लंदन क्लब च तेरिया और तस्वीर लगिया तस्वीर जेड़ा पैंदा एले दी धुनी च ते गड्डी दे गड्डी चढ़ गई सी पिंड जदों पहली वारी आया तू 2019 च और तिखे तिखे बोल तेरे इं होंदे सीगे जिवें टोका लाया होंदा सार ते चढ़दे ते चढ़दा गाणा नित इं आउंदा सीगा जिवें 855 आउंदा किले लार ते ते कल्ले पंजाबियां दा सिंगर नहीं सी तू तैनू सुणदे गोरे काले ते क्रिश्चन सी ते मरदे दम तक दबिया तेरा चक्कर दौड़े रंडे आले वालिया और पता नहीं जट च कहड़े पिस्टल सी बनाते सोने भी ना आने वाले टाइम च मसाला हो गया कन्हौर वाला कहते पंड तो भी आया होया तो मरिया नहीं कहते अमर हो गया उधर राजवीर आया सदा वीर खोखर वाला पर्सी तो इन्हें मैचों देखने लिए 200 रुपये के मान पानी वाले वीर ले आ गया भी बाबा जी मान ले जी राजवीर आया भाई पंजाब भगत मोहाली तो चल के अज खेड़ी का मेला वेखना है ਵੱਡਾ ਧੰਨਵਾਦ ਹੈ ਸਾਡੇ ਭਰਾ ਦਾ ਸੀਰੇ ਖੋਖਰ ਅਰਗੇ ਆਏ ਹੈ ਸਾਰੀ ਮਿੱਤਰ ਮੰਡਲੀ ਪੁੱਜੀ ਹੋਈ ਹੈ ਹਾਂਜੀ ਉਧਰੋਂ ਕਹਿੰਦੇ ਭਰਾ ਹੈ ਸਾਡਾ ਮਹਿਤਾਬ ਭੁੱਲ ਰੇੜੀ ਵਾਲਾ ਰਹਿੰਦਾ ਕੈਨੇਡਾ ਦੀ ਧਰਤੀ ਦੇ ਤੇ ਉਹ ਵੀਰ ਸਾਡਾ ਕਹਿੰਦਾ ਜੇ ਇੱਥੋਂ ਲੀਡ ਪੱਟ ਕੇ ਤੂਫਾਨ ਜਿੱਤ ਗਿਆ ਨਾ ਤੇ ਆਪਾਂ ਕੱਲ ਨੂੰ ਮੀਡੀਆ ਦਾ ਮੇਲਾ ਕਹਿੰਦੇ ਧੂਰੀ ਦੀ ਧਰਤੀ ਦੇ ਤੇ
17 ਸਰਵਾਇਆ ਆਪਾਂ ਬਿਗ ਸਪਰਾਈ ਨਾਲ ਕਰਾਂਗੇ ਐਰ ਗੱਲਾਂ ਹੋਣ ਗਿਆ ਆਉਣੀ ਗੱਲ ਪੰਡੀ ਸਾਫ ਦੇ 13 ਪੈੜਾ ਰਾਏ ਕੋਟਿਓ ਗੱਲ ਦੇ ਪੰਡੀ ਦੀ ਸਾਫ ਦੇ 13 ਪੈੜਾ 17 ਜੇਕਰ ਮਿਲ ਜਾਓ ਜਿੱਤਣਾ ਗੱਲ ਤੇ ਫੇਰ ਮੰਡੀ ਹੈ ਗੱਲ ਫੇਰ ਬਾਨੀ ਹੈ ਪੰਡ ਤਾਂ 12 ਹੋ ਗਏ ਔਰ ਇਧਰਲੇ ਪਾਸੇ ਕੌਣ ਜਿੱਤ ਗਿਆ ਜੀ ਹਰ ਰਾਏਪੁਰ ਦੀ ਟੀਮ ਦੇ ਕੋਲ 5 ਮਿੰਟ ਦਾ ਟਾਈਮ ਆ ਵੀਰੇ ਆਓ ਮੁੰਡੇ ਮਹਿਲ ਖੁਰਦ ਵਾਲੇ ਜੀ ਮਹਿਲ ਖੁਰਦ ਨਵਾਬ ਮਿੰਟ ਆਸਟ੍ਰੇਲੀਆ ਕਲੱਬ ਵਾਲੇ ਮੁੰਡੇ ਕਿਰਪਾ ਕਰਕੇ ਗਰਾਊਂਡ ਨੰਬਰ खिलाड़ी वीर अपने आप नूं तैयार कर लैण मेरी बेनती है इधर सैमी च पहुंच के मुंडे हर रायपुरीए बहुत वड्डियां मुबारकां हो सामने है लै वी आ मुंडे दे ते मूसे वाले दीआं लाइनां ढुकदीआं ने ਵੀ ਚੱਟਾ ਸ਼ਰੇ ਆਮ ਤੂਤੇ ਬਹੁਤ ਧੱਕਾ ਕਰਦਾ ਇਹਦਾ ਚੱਲੋ ਧੱਕਾ ਇਹ ਤਾਂ ਕਰਦਾ ਵਾਕਈ ਚੱਲਦਾ ਧੱਕਾ ਜਿਹੜੀ ਤਰੀਕ ਦੇ ਵਿੱਚ ਕਹਿੰਦੇ ਧੱਕਾ ਚੱਲਦਾ ਨੰਬਰ 13 ਹੋ ਗਿਆ ਮੇਰੇ ਖਿਆਲ ਦੇ ਪੰਡ ਦਾ 13 ਹੋ ਗਏ ਇਧਰ ਖਾਤਾ ਨਹੀਂ ਖੁੱਲਿਆ ਤੁਫਾਨਾ ਇਤਿਹਾਸ ਨਾ ਬਣ ਜੇ ਇਤਿਹਾਸ ਖੇੜੀ ਦੇ ਵਿੱਚ ਬਾਹਲੇ ਬਣਦੇ ਆ ਇਤਿਹਾਸ ਟੁੱਟਦੇ ਵੀ ਬਾਹਲੇ ਆ ਉਧਰੋਂ ਮੈਂਡੀ ਸ਼ਰਮਾ ਵੀਰ ਸਾਡਾ ਉਹ ਕਹਿੰਦਾ ਵੀ ਜੇਕਰ ਹੈਂਡਲ 2 ਨੰਬਰ ਜੋੜਦਾ ਹੁੰਦੇ ਨਿੱਟ ਤੋਂ ਤੇ ਆਪਾਂ ਵੀ 1100 ਦੇ ਦਿਆਂਗੇ 1100 ਦਾ ਵੱਡੇ ਜਿਹੜੇ ਮਾਰ ਹੋਣਗੇ ਮੈਰ ਝੁੱਟੀ ਦਾ ਖੇਡ ਦੇ ਮੈਦਾਨ ਦੇ ਵਿੱਚ ਪਰ ਇੱਥੋਂ ਲੀਰ ਤੇ ਪੱਟੜੀ ਪੈ ਗਈ ਗੱਲ ਤੇ ਫੇਰ ਬੰਡੀ ਆ ਆਹ ਮੁੰਡੇ ਕਹਿੰਦੇ ਫੇਰੇ ਫਿਰਦੇ ਆ ਮੇਰੇ ਮਿੱਤਰੋ ਗੱਲ ਕਹਿੰਦੇ ਟਿਕਾਣੇ ਲਾ ਦਿੱਤੀ ਆ ਆਹ ਰੈਸਰੀ ਅੱਜ ਫਿੱਟੇ ਫਿਰਦੇ ਆ ਸੰਤ ਰਾਮ 89 ਦੀ ਧਰਤੀ ਤੋਂ ਆਹ ਗੱਲਾਂ ਹੁੰਦੀਆਂ ਨੇ ਵੀ ਮਗਦਾ ਰਹੀ ਵੇ ਸੂਰਜ ਕੰਨੀਆਂ ਦੇ ਵਿਹੜੇ ਧਰਤੀ ਮਾਂ ਤੇਰੀ ਕੋਲ ਨੂੰ ਬਥੇਰੇ ਆਹ ਲੈ ਵੀ ਬੁੱਟਿਆ ਨੰਬਰ 12ਵਾਂ ਲੱਗ ਗਿਆ ਮੈਨੂੰ ਲੱਗਦਾ 14 ਹੋ ਗਏ ਪੰਡਤ ਕਹਿੰਦਾ 3 ਨੰਬਰਾਂ ਦੀ ਖੇਡ ਬਾਕੀ ਹੈ ਤੇ ਸਕੀਮ ਕਹਿੰਦੇ ਘਨੌਰ ਵਾਲਿਆਂ ਦੀ ਵੀ ਲੱਗੀ ਹੋਈ ਆ ਵੀ ਜਿਹੜਾ ਦਸਾਂ ਦੇ ਥੱਲੇ ਥੱਲੇ ਰੱਖ ਗਿਆ ਤੇ ਰੁਪਈਆ 21,000 ਵੇਰਾ ਅਰਸ਼ਿਆ ਰੁਪਈਆ 21,000 ਆ ਹਾਲੇ ਤੱਕ ਖਾਤਾ ਇੱਧਰ ਖੁੱਲ੍ਹਿਆ ਨਹੀਂ ਗੱਲਾਂ ਹੋਣ ਗਈਆਂ ਹਾਂਜੀ ਉਧਰ ਰਾਜਵੀਰ ਬਾਈ ਸਾਡਾ ਖੋਖਰ ਵਾਲਾ ਪੁਲਸੀਆ ਕਹਿੰਦਾ ਵੀ 7-3 ਟੱਪੇ ਪਵਾ ਦੇ ਤੇ 11,000 ਆਪਾਂ ਦੇ ਦਿਆਂਗੇ ਅੱਜ ਦਾ ਟੱਪੇ 3 ਪਵਾ ਦੇ ਸਾਰੇ ਮੈਚ ਚ 11,000 ਦਿੱਤਾ ਜਾਣਾ ਉਧਰ ਜਗਪਾਲ ਖਲੋੜਾ USA ਬੈਠਾ ਇਹ ਰੈਕੋਟ ਵਾਲੇ ਇੱਥੋਂ ਮੈਚ ਜਿੱਤ ਜਾਣ ਤੇ ਸਾਰੀ ਟੀਮ ਦਾ ਮਾਣ ਖੰਨੇ ਵਾਲਿਆ ਮੋਟਰਸਾਈਕਲ ਦੇ ਨਾਲ ਕੀਤਾ ਜਾਣਾ ਮੋਟਰਸਾਈਕਲ ਦੇ ਨਾਲ ਗੁਰਪਾਲ ਬੈਠਾ ਜਗਰਾਜ ਦਾ ਵੀਰ ਤੇ ਚੰਨੀ ਖੇੜਾ ਕਹਿੰਦੇ ਮਾਸੀ ਦਾ ਪੁੱਤ ਹੈ 3 ਵੀਰ ਰਹਿੰਦੇ USA ਆਓ ਦੋਸਤ ਹੈ ਜੱਟਾਂ ਦੀ ਗੱਲਾਂ ਰੈਕੋਟ ਤੋਂ ਕਹਿੰਦੇ USA ਚੱਲਦੀਆਂ ਬਹੁਤ ਸੋਹਣੇ ਮੁਕਾਬਲੇ ਖੇਡੇ ਜਾ ਰਹੇ ਹੈ ਗੱਲਾਂ ਕਹਿੰਦੇ ਵੱਡੀਆਂ ਫੁੱਟੀਆਂ ਘਨੌਰ ਵਾਲਾ ਅਰਸ਼ ਸਾਡਾ ਵੀਰੋ ਕਹਿੰਦਾ ਵੀ ਗੱਲ ਲੱਗੂਗੀ ਟਿਕਾਣੇ ਜੇਕਰ ਮੋਟਾ 2 ਨੰਬਰ ਜੋੜ ਗਿਆ ਰਾਏਕੋਟੀਆ ਤੇ ਰੁਪਈਆ 2100 ਦੇ ਦਿਆਂਗੇ ਜੇ ਰਾਏਕੋਟ ਵਾਲਾ ਮੋਟਾ 2 ਨੰਬਰ ਜੋੜਦਾ ਤੇ ਵੀਰ ਕਹਿੰਦਾ ਰੁਪਈਆ 2100 ਰਾਜੀ ਤੂਫਾਨ ਗੱਲ ਪੜੂਗੀ ਤੇ ਇੱਥੋਂ ਲੀਡ ਪੱਟ ਲਈ ਮੋਟਿਆ ਆਓ ਮੋਟਿਆ ਐ ਨਾ ਕਰ ਉਧਰ ਰਣਜੀਤ ਸਿੰਘ ਜੀ ਸੇਟੀ ਮੈਂਬਰ ਸਾਡੇ ਵਾਲੀਬਾਲ ਲਈ ਵੱਡਾ ਯੋਗਦਾਨ ਹੈ ਤੇ ਕਬੱਡੀ ਦੇ ਮੈਚਾਂ ਦੇ ਲਈ ਵੀ 3100 ਦੇ ਯੋਗਦਾਨ ਹੈ ਉਹਨਾਂ ਦੇ ਵੀ ਅੱਜ ਭਰਮੀ ਹਾਜ਼ਰੀ ਹੈ ਉਹਨਾਂ ਦਾ ਵੀ ਆਪਾਂ ਸਵਾਗਤ ਕਰਾਂਗੇ 14-1 ਨੰਬਰ ਹੈ 14 ਨੰਬਰ ਹੈ ਬਰਨਾਲੇ ਵਾਲਿਆਂ ਦੇ ਤੇ 1 ਨੰਬਰ ਹੈ ਕਹਿੰਦੇ ਲੁਧਿਆਣੇ ਵਾਲਿਆਂ ਦਾ ਚੱਲ ਚੱਲੀਏ ਮੇਲੇ ਮਿੱਤਰਾਂ ਦੇ ਓ ਪਹਾੜਾ ਨਹੀਂ ਲੱਗਣਾ ਬੈਠਣ ਦੀ ਕਰ ਬੱਲੀਏ ਚੱਲ ਬਰਨਾਲੇ ਚੱਲੀਏ ਮੇਲੇ ਮਿੱਤਰਾਂ ਦੇ ਅੱਜ ਮੇਲਾ ਕਹਿੰਦੇ ਖੇੜੀ ਚੱਲਦਾ ਅੱਜ ਮੇਲਾ ਖੇੜੀ ਚਿਹਰਾ ਚੱਲਦਾ ਆਓ ਕਹਿੰਦੇ ਅੱਜ ਮੇਲਾ ਖੇੜੀ ਚੱਲਦਾ ਉਧਰੋਂ ਹਰਵਿੰਦਰ ਕਮੋਜ ਉਹ ਵੀਰ ਸਾਡਾ ਕਹਿੰਦਾ ਰੇ 7 ਮੈਚ ਜਿੱਤਦਾ ਤੇ ਆਪਾਂ 1100 ਪਲੱਸ ਨਾਲ ਕੱਪ ਦੇ ਨਾਲ ਵੱਡਾ ਜਿਹੜਾ ਮਾਣ ਕਰਾਂਗੇ ਭੁੱਲਰੇ ਜੀ ਵਾਲਾ ਮਹਿਤਾਬ ਕਹਿੰਦਾ ਜੇ ਤੂਫਾਨ ਇੱਥੋਂ ਲੀਡ ਪੱਟ ਕੇ ਜਿੱਤ ਗਿਆ ਨਾ ਤੇ ਉਹ ਕਹਿੰਦਾ ਕੱਲ ਨੂੰ ਹੀ ਆਪਾਂ ਬਿਗ ਸਪਲਾਈ ਦੇ ਦੇਵਾਂਗੇ ਆਓ ਤਾਂ ਵੀ ਵੱਡੇ ਮਾਣ ਹੋਣਗੇ ਉਧਰ ਕੋਬਰਾ ਕਹਿੰਦਾ ਵੀ 7 ਸਿੰਗਲ ਐਡ ਮਾਰ ਦੇ
1100 ਦਿੱਤਾ ਜਾਣਾ ਹੈ, ਸੱਤੇ ਲਈ 1100 ਹੋਣਾ ਹੈ। ਜਿਹੜਾ ਗੁਰਪਾਲ ਬਾਈ ਨੇ ਮੋਟਰਸਾਈਕਲ ਬੁਲਾਇਆ ਹੈ ਉਹ ਰੈਕੋਟੀ ਮੋਟੇ ਲਈ ਹੈ, ਜੇ ਰੈਕੋਟ ਵਾਲੇ ਜਿੱਤਦੇ ਹੈ ਰੈਕੋਟੀ ਮੋਟੇ ਲਈ ਮੋਟਰਸਾਈਕਲ ਦਿੱਤਾ ਜਾਣਾ ਹੈ। ਗੱਲ ਤੇ ਕਹਿੰਦੇ ਹੁਣ ਜਿੱਤਣ ਦੀ ਹੈ, ਉਹ ਗੱਲ ਤੇ ਜਿੱਤਣ ਦੀ ਹੈ ਸਤਿਆ। ਇੱਕ ਤੇਰੀ ਸਿੰਗਲ ਹੈਂਡ ਕੋਬਰਾ ਕਹਿੰਦਾ ਵੀ 1000 ਦੇ ਦਿਆਂਗੇ, ਸ਼ਰਤਾਂ ਲੱਗੀਆਂ ਹੋਈਆਂ ਮੁੰਡਿਆਂ 'ਚ, ਸ਼ਰਤ ਲੱਗੀ ਕਿ ਤੇਰੀ ਗੁੱਤ ਦੇ ਗੁਲਾਬੀ ਫੁੱਲ ਟੰਗਣਾ ਰਾਏਸਰ ਵਾਲਾ। ਆਓ ਕਦੇ ਖੇਡਦੇ ਮੈਦਾਨ 'ਚ ਕਰਦਾ ਟਰਾਈਆਂ ਸੋਹਣੀਆਂ। ਪਰ ਮੈਂ ਬੇਨਤੀ ਕਰਾਂ ਵੀਰੇ, 2 ਨੰਬਰ ਗਰਾਊਂਡ ਦੇ ਵਿੱਚ ਆਓ ਜੀ, ਪਹਿਲਾ ਸੈਮੀਫਾਈਨਲ ਮੈਚ ਖੇਡਣ ਦੇ ਲਈ ਮੁੰਡੇ ਜਲਦੀ ਦੇ ਨਾਲ ਗਰਾਊਂਡ 'ਚ ਰਿਪੋਰਟ ਕਰਨਗੇ। ਬਹੁਤ ਚੋਟੀ ਦਾ ਮੈਚ ਖੇਡਿਆ ਜਾਊਗਾ ਵੀਰੇ, ਇੱਕ ਪਾਸੇ ਟੀਮ ਮੈਨਖੁਰਦਰ ਦੂਜੇ ਪਾਸੇ ਹਰ ਰਾਏਪੁਰ ਦੀ। ਮੈਂ ਬੇਨਤੀ ਕਰਦਾ ਜਲਦੀ ਦੇ ਨਾਲ ਕਿਰਪਾ ਕਰਕੇ ਆਓ ਜੀ। ਉੱਧਰ ਸਾਡੇ ਰਣਜੀਤ ਸਿੰਘ ਜੀ ਸੈਟੀ ਮੈਂਬਰ, ਇੱਥੇ ਪਿੰਡ ਦੇ ਕੰਮਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਸਾਂਝੇ ਕੰਮਾਂ ਦੀ ਦੁਨੀਆ ਦੇ ਵਿੱਚ 500 ਰੁਪਏ ਦਾ ਮਾਨ ਇਹਨਾਂ ਬੋਲਾਂ ਦੇ ਲਈ ਕਰਕੇ ਹੈ। ਰਣਜੀਤ ਸਿੰਘ ਜੀ ਸਾਡੇ ਸੈਟੀ ਮੈਂਬਰ, 3100 ਰੁਪਇਆ ਕਬੱਡੀ ਦੇ ਟੂਰਨਾਮੈਂਟ ਲਈ ਯੋਗਦਾਨ ਹੈ, 500 ਦੇ ਮਾਨ ਇਹਨਾਂ ਬੋਲਾਂ ਲਈ ਕਰਕੇ ਹੈ। ਆਓ ਸਾਡੇ ਤਿੰਨ ਟੱਪੇ ਪਵਾ ਦੇ, ਰਾਜਵੀਰ ਬੈਠਾ ਖੋਖਰ ਵਾਲਾ, ਆਓ ਮਾਨਸ ਵਾਲਾ ਬੈਠਾ ਵੀ 11 ਦੇ ਦਿਆਂਗੇ, ਨਾਲ ਸੀਰਾ ਬੈਠਾ ਖੋਖਰ ਵਾਲਾ, ਯਾਰਾਂ ਦੇ ਯਾਰ ਪੁੱਜੇ ਹੋਏ ਹੈ। ਹਰ ਨਾਲ ਹੀ ਇਧਰਲੇ ਪਾਸੇ ਕੋਬਰਾ ਕਹਿੰਦਾ ਵੀ ਇਹ ਜੱਸਾ ਟੱਪਾ ਪਾ ਦੇਵੇ ਤੇ ਆਪਾਂ ਜੱਸੇ ਦਾ ਮਾਨ ਕਰਨਾ ਹੈ। ਪਰ ਬਹਾਦਰ ਗੜੀ ਰਵੀ ਨੇ ਫਿਰ ਪੱਟੀ ਤੋੜ ਦਿੱਤੀ ਹੈ। ਬਾਈ ਜੀ ਮੈਨਖੁਰਦ ਵਾਲੇ ਮੁੰਡੇ ਆਓ ਜੀ, ਮਿੰਟੂ ਕਲੱਬ ਆਸਟ੍ਰੇਲੀਆ ਮੈਨਖੁਰਦ, ਜਲਦੀ ਦੇ ਨਾਲ ਮੁੰਡੇ ਗਰਾਊਂਡ ਨੰਬਰ 2 ਦੇ ਵਿੱਚ ਆ ਜਾਣ। ਹਰ ਰਾਏਪੁਰ ਦੀ ਟੀਮ ਦੇ ਨਾਲ ਮੈਚ ਹੈ, ਹਰ ਰਾਏਪੁਰ ਮੱਖਣ ਦੀ ਟੀਮ ਦੇ ਖਿਡਾਰੀ ਜਲਦੀ ਗਰਾਊਂਡ 'ਚ ਆ ਜਾਣ। ਔਰ ਨਾਲ ਹੀ ਜਿਹੜੀ ਟੀਮ ਜਿੱਤੇਗੀ ਗਰਾਊਂਡ ਨੰਬਰ 3 'ਚੋਂ ਉਹਦਾ ਮੈਚ ਵੀਰੇ ਮੋਹਾਲੀ ਦੀ ਟੀਮ ਦੇ ਨਾਲ ਖੇਡਿਆ ਜਾਊਗਾ ਜੀ। ਲਾਓ ਸਾਹਮਣੇ ਕਹਿੰਦੇ ਮੈਂ ਟੋਟੀ ਦਾ ਲਈ ਤੂਫਾਨ, ਇੱਥੋਂ ਦੇ ਇੱਕ ਵਾਰੀ ਹੋਰ ਚੇਂਜ ਲਾਉਣੇ ਦੇ ਨੰਬਰ ਉਹਦਾ, ਉਹ ਗੱਲਾਂ ਹੋਣਗੀਆਂ ਲਾ ਲਈ। 14-2 ਆ ਪੜਦਾ, 14-2 ਕਹਿੰਦੇ 2 ਹੀ ਟੱਕਰ, 14-2 ਫੇਰ ਚੇਂਜ ਕਰਤੀ ਹੈ, ਫੇਰ ਚੇਂਜ ਕਰਤੀ ਹੈ। ਗੁਰਤੇਜ ਵੀ ਆ ਗਿਆ ਮੋਟਰਸਾਈਕਲ ਟੋਚਣ ਵਾਲਾ ਲਾਈਵ ਤੇ, ਰੈਕੋਟੀ ਆ ਗੁਰਤੇਜ ਜਿਹੜਾ ਪਿਛਲਾ ਸੀਜ਼ਨ ਤੂਫਾਨ ਦੇ ਨਾਲ ਥਰਡ ਦੇ ਵਿੱਚ ਖੇਡਿਆ ਰੈਕੋਟ ਦੀ ਟੀਮ ਲਈ, ਤੇ ਗੁਰਤੇਜ ਕਹਿੰਦਾ ਜੇ ਰੈਕੋਟ ਵਾਲੇ ਮੁੰਡੇ ਜਿੱਤ ਗਏ ਤੇ 5100 ਆਪਾਂ ਵੀ ਲੈ ਲਈਏ। 5100 ਹੋਣਾ ਸਰਦਾਰ ਦੇ ਬੰਨਿਓ, ਲੈ ਵੀ ਨੰਬਰਦਾਰਾ ਉੱਪਲੀ ਵਾਲਾ ਮਾਹੌਲ ਨਾ ਬਣ ਜੇ, ਪਹਿਲਾਂ ਤੂਫਾਨ ਉੱਤੇ ਵੀ ਇੱਦੀ ਸੀ, ਹਿਰੈਣ ਲੀਡ ਕਹਿੰਦੇ ਬਰਾਬਰ ਲੈ ਗਿਆ ਸੀ, ਪਤਾ ਕੁਝ ਨਹੀਂ ਤੇ ਵਾਹਿਗੁਰੂ ਨੂੰ ਪਤਾ ਹੈ। ਪਰ ਬਹਾਦਰ ਗੜੀਆ ਬਾਹਲਾ ਫਿੱਟ ਹੈ, ਉਹ ਬਹਾਦਰ ਗੜੀਆ ਕਹਿੰਦੇ ਬਾਹਲਾ ਫਿੱਟ ਹੋ ਕੇ ਆਇਆ। ਜਿਹੜੇ ਜਿਹੜੇ ਰਵੀ ਦੀ ਖੇਡ ਨੂੰ ਪਿਆਰ ਕਰਦੇ ਆ, ਇੱਕ ਤਾੜੀ ਮਾਰੇ ਆ ਰਵੀ ਦੇ ਲਈ, ਬੜਾ ਨਰਮ ਦਿਲ ਇਨਸਾਨ ਹੈ, ਬੜੀ ਨਿਵਰਤਾ ਮੁੰਡੇ ਦੇ ਵਿੱਚ। 14-2 ਦੀ ਟੱਕਰ ਹੈ ਖੇਡ ਮੈਦਾਨ ਦੇ ਵਿੱਚ, ਆਓ 14-2 ਕਹਿੰਦੇ 2 ਦੀ ਟੱਕਰ ਹੈ। ਉਧਰੋਂ ਵੀਰ ਸਾਡਾ ਬਈ ਵਾਲੀਆ ਲਾਡੀ ਪਿਆਰ ਹੈ ਰਾਏਕੋਟੀਏ ਮੁੰਡਿਆਂ ਦੇ ਨਾਲ, ਉਹ ਭਰਾ ਸਾਡਾ ਕਹਿੰਦਾ ਵੀ ਜੇ ਰਾਏਕੋਟੀਆ ਜਿੰਦਰਾਂ ਨੇ ਜਿੱਤ ਗਿਆ ਤੇ ਆਪਾਂ ਵੀ ਸਮਾਨ ਬਾਜ ਲੈ ਦਿਆਂਗੇ। ਰਾਜਵੀਰ ਸਾਡਾ ਵੀਰ ਕਹਿੰਦਾ ਜੱਸਾਂ ਟੱਚ ਵਾਲ ਮਾਰ ਜੇ 500 ਦੀ ਆਉਣੀ ਹੈ, ਇਹ ਜੱਸਾਂ ਟੱਚ ਵਾਲ ਮਾਰ ਜੇ ਪੁਲਸੀਆ ਮੁਹਾਲੀ ਵਾਲਾ ਹੋਇਆ ਵੀ ਪੱਕਾ ਆ ਜੇ ਵੀਰੇ ਸਟੇਜ ਤੇ, ਮੇਰੀ ਬੇਨਤੀ ਹੈ ਜੀ, ਪੀਤਾਂ ਜੇ ਤੇ ਕਰਦਾ ਮੈਂ ਬੇਨਤੀ ਕਰਦਾ ਪੱਕਾ ਜ਼ਰੂਰ ਆ ਜਾਵੇ। ਬਾਈ ਜੀ ਟੀਮਾਂ ਕਿਉਂ ਨਹੀਂ ਆ ਰਹੀਆਂ ਯਾਰ, ਮਿੰਟੂ ਆਸਟ੍ਰੇਲੀਆ ਕਲੱਬ ਮੈਨਖੁਰਦ ਵਾਲੇ ਮੁੰਡੇ, ਔਰ ਨਾਲ ਹੀ ਮੈਚ ਖੇਡਿਆ ਜਾਣਾ ਵੀਰੇ ਹਰ ਰਾਏਪੁਰ ਦੀ ਟੀਮ ਦਾ। ਲਾਓ ਸਾਹਮਣੇ ਨੰਬਰ ਜਿਹੜਾ ਲਾਸਟ ਆ ਗਿਆ, ਲਾਸਟ ਰਾਏਸਰ ਦੀ ਟੀਮ ਦਾ ਨੰਬਰ ਜਿਹੜਾ ਉਹ ਲਾਸਟ ਆ ਗਿਆ ਮੇਰੇ ਮਿੱਤਰੋ, ਖੇਡ ਦੇ ਮੈਦਾਨ ਦੇ ਵਿੱਚ ਹੁਣ ਲਾਸਟ ਨੰਬਰ ਆ ਗਿਆ ਰਾਏਸਰ ਦੀ ਟੀਮ ਦਾ। ਆਹ ਮੁੰਡੇ ਕਹਿੰਦੇ ਕਮਾਲ ਕਰਕੇ ਲੀਡ ਵੱਡੀ ਬਣਾ ਕੇ ਤੇ ਲਾ ਕੇ ਗੱਲ ਟਿਕਾਣੇ, ਪਰ ਤੂਫਾਨ ਲੋਕੋ ਬਾਲ ਆਊਟ ਹੈ ਜੀ, ਪਰ ਸੱਤਾ ਉਹ ਪਲੇਅਰ ਆ ਜਿੰਨਾ ਟਾਈਮ ਹਰ ਕੇ ਗਰਾਊਂਡ ਤੋਂ ਬਾਹਰ ਰਹਿਣਾ ਹੋ ਜੇ ਓਨਾ ਟਾਈਮ ਪਤਾ ਸਾਰਿਆਂ ਨੂੰ ਹੀ ਆ ਵੀ ਤੂਫਾਨ ਹਾਰ ਨਹੀਂ ਮੰਨਦਾ, ਤੇ ਸੱਤੇ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਤਾੜੀ ਦੇ ਮਾਰੋ ਜੋਰ ਦੇ ਰਹੇ ਆ। ਆਹ ਦੁਨੀਆ ਚਾਹੁੰਦੀ ਆ ਹਾਲੇ ਵੀ ਕੁਝ ਨਾ ਕੁਝ ਹੋ ਸਕਦਾ, ਕਿਉਂਕਿ ਜਿਹੜਾ ਲਾਸਟ ਵਾਲਾ ਨੰਬਰ ਹੈ ਪਿਛਲੇ ਕਈ ਮੇਲਿਆਂ ਵੇਲੇ ਵੀ ਸਰੀ ਇਹ ਨੰਬਰ ਨੇ ਗੱਲਾਂ ਕਰਾਈਆਂ, ਲਾਸਟ ਵਾਲੇ
नंबर दल्ला हुई ने आओ सामने नंबर तीजा जुड़ गया मेरे मित्रों खेल ने मैदान लाई तूफाना हो तकड़ा लोग चाहते हैं भी जो तूफान चल गया इतने तो तूफानी पारी खेल सकता आओ भले 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 बल्ले 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 हुई पई है सोना मैच खेड मैदान आप देख रहे हैं टक्कर जानदार है उधर नंबर कहते 16 हो गए एक नंबर की खेड बाकी रह गई है भाई जी टीम क्यों नहीं आ रही जी हरपुर हर रायपुर वाले मुंडे जी मैल खुरद का मैच है मैल खुरद की टीम आओ जी जल्दी के नाल मैल खुरद वाले मुंडे बेनती है मेरी बहुत समा हो गया नवाब आओ भी ग्राउंड च मैल खुरद वाले मुंडे जी हेलो भाई जी बेनती है जी जेड़े वीर ने लंगर प्रशादा पानी जी हाले नहीं छड़िया उधर जेड़े वीर अपने को लंगर प्रशादे पानी की सेवा कर रहे वीर उन्होंने भी मैच वेखना अपने को जेड़े एक दो रह गए सो वीर बन के कोई रहिंदा ते 15-20 मिंटा के वीर अपना प्रशादा पानी जरूर छक लो बहुत वड्डा धन्यवाद है बहुत चोटी के प्रबंध किए अज के सिखे टूरनामेंट के लंगर प्रशादे पानी के हर लो सामने मैच बड़ा चोटी का है इतों भी मैच दे जितया जा सकता बल्लो गड्डिया च गड्डिया बजदिया अज झोटे आए हुए खेड़ी के गड्डिया बजदिया।